ਉਹਨਾਂ ਸਸਤੀ ਦੀ ਜੁੱਤੀ ਵਿਖਾਈ ਲੇਕਿਨ ਉਹਨਾਂ ਕੀਮਤ ਦੁਬਾਰਾ ਨਹੀਂ ਲਿਖੀ ਉੱਥੇ ਵੀ ਉਹ ਤੇ ਜੋੜਾ ਲੈਣ ਤੋਂ ਬਾਅਦ ਬੱਚੇ ਨੇ ਪਾ ਲਿਆ ਬੱਚਾ ਬੜਾ ਖੁਸ਼ ਹੁਣ ਸੰਗਤ ਜੀ ਜਿਹੜਾ ਬੱਚਾ ਸਰਦੀਆਂ ਚ ਕਰਨ ਲੱਗਿਆ ਫਿਰਦਾ ਉਹਨੂੰ ਕਰਾਂ ਜੁੱਤੀ ਜੋੜਾ ਮਿਲ ਜਾਏ ਉਹਦਾ ਤੰਤਰ ਆਤਮਾ ਪੁਲਕਿਤ ਹੋ ਜਾਏਗਾ ਖੁਸ਼ ਹੋਵੇਗਾ ਪੈਸੇ ਦੇਣ ਲੱਗਿਆ ਮਾਈ ਕਣਗੀ ਦੇ ਪੁੱਤਰਾ ਇਹ ਮੇਰੇ ਵੀਰਾ ਥੋੜੇ ਜਿਹੇ ਪੈਸੇ ਤਾਂ ਘੱਟ ਕਰ ਮੈਂ ਭਾਂਡੇ ਮਾਂਜ ਕੇ ਗੁਜ਼ਾਰਾ ਕਰਦੀ ਹਾਂ ਮੇਰਾ ਗੁਜ਼ਾਰਾ ਨਹੀਂ ਹੁੰਦਾ ਜੇ ਕੁਝ ਕਰ ਸਕਦੇ ਤਾਂ ਕਰ ਦੇ ਤੇਰੀ ਬੜੀ ਕਿਰਪਾ ਰਹਿਮਤ ਹੋਵੇਗੀ ਮੈਂ ਜੋੜਾ ਤਾਂ ਲੈ ਜਾਣਾ ਬੱਚੇ ਨੇ ਪੈਰੀ ਪਾ ਲਿਆ ਇਸ ਨੇ ਲਾਹਣਾ ਨਹੀਂ ਹੋ ਕਿਉਂਕਿ ਬਹੁਤ ਸਮੇਂ ਬਾਅਦ ਇਸ ਨੂੰ ਜੋੜਾ ਪਾਉਣਾ ਨਸੀਬ ਹੋਇਆ ਕਹਿਣ ਲੱਗਾ ਉਹ ਦੁਕਾਨਦਾਰ ਸਿੰਘ ਸੰਗਤ ਜੀ ਕਈਆਂ ਦਾ ਮਨ ਬੜਾ ਨਰਮ ਹੁੰਦਾ ਕਹਿਣ ਲੱਗੇ ਮਾਤਾ ਮੈਂ ਤਾਂ ਆਪਣਾ ਜਿਹੜਾ ਸੀ ਨਾ ਮੇਰਾ ਨਫ਼ਾ ਪ੍ਰੋਫਿਟ ਮੈਂ ਤਾਂ ਉਹ ਵੀ ਤੇਰੇ ਤੋਂ ਲਿਆ ਹੁਣ ਤੂੰ ਕਹਿੰਦੀ ਹੈ ਕਿ ਮੈਂ ਕੀਮਤ ਵੀ ਨਾ ਲਵਾਂ ਪੱਲਿਓਂ ਪਾ ਕੇ ਦੇਵਾਂ ਪਰ ਭੋਲੀ ਮਾਂ ਕੀ ਜਾਂਦੀ ਸੀ ਪਿੰਡ ਉਸ ਵਿਚਾਰੀ ਭੋਲੀ ਮਾਈ ਦੀਆਂ ਅੱਖਾਂ ਭਰ ਆਈਆਂ ਕਹਿਣ ਲੱਗੀ ਬੱਚਾ ਮੈਂ ਤਾਂ ਪੈਸਾ ਪੈਸਾ ਕਰਕੇ ਜੋੜਦੀ ਹਾਂ ਡਾਕਟਰਾਂ ਬੱਚੇ ਦੀ ਅੱਖ ਦਾ ਆਪਰੇਸ਼ਨ ਦੱਸਿਆ ਇਸ ਨੂੰ ਅੱਖਾਂ ਦਿਸਦਾ ਨਹੀਂ ਲਾਚਾਰ ਹਾਂ ਇਹਨੂੰ ਅੱਖੋਂ ਨਹੀਂ ਦਿਸਦਾ ਡਾਕਟਰਾਂ 1800 ਮੰਗਿਆ ਪੁਰਾਣੀ ਗੱਲ ਹੋਵੇਗੀ 1800 ਮੰਗਿਆ ਮੈਂ ਸੋਚਦੀ ਹਾਂ ਕਦ ਇਕੱਠਾ ਹੋਵੇ ਤੇ ਕਦ ਮੈਂ ਬੱਚੇ ਦਾ ਅੱਖਾਂ ਦਾ ਆਪਰੇਸ਼ਨ ਕਰਾਵਾਂ ਇਹ ਆਪਣੀ ਕਿਰਤ ਵਿੱਚ ਯੋਗਾ ਆਪ ਹੋ ਜਾਏ ਆਪਣੀ ਕਿਰਿਆ ਆਪ ਕਰ ਲੈ ਹੁਣ ਮੈਂ ਬਾਹਰ ਦਾ ਕੰਮ ਹੀ ਕਰਦੀ ਹਾਂ ਮੁਹਤਾਜ ਇਹ ਸਾਰਾ ਇਸਦੀ ਸੇਵਾ ਕਰਨੀ ਪੈਂਦੀ ਹੈ ਉਸ ਗੁਰਮੁਖ ਪਿਆਰੇ ਦਾ ਮਨ ਪਸੀਜ ਗਿਆ ਸੰਗਤ ਜੀ ਕਹਿਣ ਲੱਗਾ ਮਾਤਾ ਪਾਸੇ ਤੂੰ ਛੱਡ ਜੇ ਪੈਸੇ ਦੀ ਗੱਲਬਾਤ ਵੀ ਕਰਦੇ ਉਹਨਾਂ ਨੇ ਫੋਨ ਘੁਮਾਇਆ ਉਹਨਾਂ ਦਾ ਇੱਕ ਡਾਕਟਰ ਸੀ ਮਿੱਤਰ ਡਾਕਟਰ ਸ਼ੋਭਿਤ ਮਿੱਤਰ ਸੀ ਉਹਨਾਂ ਦਾ ਉਸ ਮੱਧ ਪ੍ਰਦੇਸ਼ ਜੀਵਾ ਦੇ ਅੰਦਰ ਉਹ ਅੱਖਾਂ ਦਾ ਡਾਕਟਰ ਸੀ ਉਹਨੇ ਗੱਲ ਕੀਤੀ ਫੋਨ ਤੇ ਉਹਦੇ ਨਾਲ ਇਸ ਤਰ੍ਹਾਂ ਮੇਰੇ ਕੋਲ ਇੱਕ ਗਾਹਕ ਆਇਆ ਮਾਈ ਹੈ ਉਸਦਾ ਬੱਚਾ ਮਾਈ ਵਿਧਵਾ ਹੈ ਗਰੀਬ ਹੈ ਲੋਕਾਂ ਦੇ ਘਰ ਕੰਮ ਕਰਕੇ ਗੁਜ਼ਾਰਾ ਕਰਦੀ ਹੈ ਬੱਚੇ ਦੀ ਪੈਰ ਜੁੱਤੀ ਨਹੀਂ ਸੀ ਔਰ ਮੈਨੂੰ ਵਾਜਬ ਕੀਮਤ ਵੀ ਨਹੀਂ ਦੇ ਪਾ ਰਹੀ ਉਹ ਇਤਨੀ ਗਰੀਬ ਹੈ ਤੇ ਜੇ ਤੁਸੀਂ ਕਿਰਪਾ ਕਰੋ ਅਗਰ ਬੱਚੇ ਦੀਆਂ ਅੱਖਾਂ ਵੇਖ ਲਓ ਤੇ ਉਹ ਦੱਸੇ ਕਿ ਡਾਕਟਰ 1800 ਮੰਗਿਆ ਤੇ ਜੋ ਵੀ ਹੋਏਗਾ ਮੈਂ ਭਰ ਦੇਵਾਂ ਸੰਗਤ ਜੀ ਦੇਖੋ ਅੱਗੋਂ ਚੰਗਿਆਂ ਦੇ ਮਿੱਤਰ ਵੀ ਚੰਗੇ ਉਹ ਕਹਿਣ ਲੱਗੇ ਤੂੰ ਮਾਈ ਨੂੰ ਰੋਕ ਕੇ ਰੱਖ ਮੈਂ ਘਰ ਜਾ ਰਿਹਾ ਹਾਂ ਮੈਂ ਤੇਰੇ ਕੋਲ ਆ ਜਾਂਦਾ ਉਹਨਾਂ ਨੂੰ ਇਸ ਲਈ ਤਾਂ ਬ੍ਰੇਕ ਟਾਈਮ ਹੈ ਮੈਂ ਬਜਾਏ ਘਰ ਜਾਣ ਤੇਰੇ ਕੋਲ ਪਹੁੰਚ ਜਾਂਦਾ ਡਾਕਟਰ ਆਪਣੇ ਕੁਝ ਇੰਸਟਰੂਮੈਂਟ ਲੈ ਕੇ ਜਿਹੜੇ ਤੱਤ ਫਟ ਦੇ ਕੇ ਜਾ ਸਕਦੇ ਸਨ ਉਸਨੇ ਬੱਚੇ ਨੂੰ ਵੇਚਿਆ ਐਡਸ ਲਿਖ ਕੇ ਦੇ ਤਾ ਕਹਿਣ ਲੱਗੇ ਤੁਹਾਡੀ ਕੱਲ ਛੁੱਟੀ ਹੈ ਤੁਸੀਂ ਮੇਰੀ ਸਰਜਰੀ 'ਚ ਆ ਜਾਣਾ ਹੋ ਜਾਏਗਾ ਜਿਹੜਾ ਮੇਰਾ ਖਰਚਾ ਹੈ ਦਵਾਈਆਂ ਦਾ ਜੋ ਮੈਂ ਡਾਕਟਰ ਸਦਾ ਉਸ ਤੁਹਾਨੂੰ 1200 ਰੁਪਏ ਦਾ ਖਰਚਾ ਹੈ ਉਸ ਗੁਰਮੁਖ ਪਿਆਰੇ ਨੇ ਉਸੇ ਵੇਲੇ ਜਿਹੜੀ ਉਹ ਗੁਰੂ ਦੀ ਗੋਲਕ ਲਗਾਈ ਸੀ ਉਸਨੇ ਆਪਣੀ ਦੁਕਾਨ ਤੇ ਉਸ ਚੋਂ 1200 ਰੁਪਏ ਕੱਟ ਕੇ ਦੇ ਦਿੱਤੇ ਉਹ ਡਾਕਟਰ ਜੋ ਸੀ ਬੰਨੀਆਂ ਕਹਿਣ ਲੱਗਾ ਤੁਸੀਂ ਕੋਲੋਂ ਦੇ ਰਹੇ ਹੋ ਕਹਿਣ ਲੱਗਾ ਵੀ ਇਹ ਕਿੱਥੋਂ ਦੇਗੀ ਮਾਈ ਜੇ ਇਹ ਦੇਣ ਜੁਗੀ ਹੁੰਦੀ ਹੁਣ ਤੱਕ ਆਪਰੇਸ਼ਨ ਹੋ ਗਿਆ ਹੁੰਦਾ ਕਹਿੰਦੀ ਡਾਕਟਰ ਨੇ 1800 ਮੰਗਿਆ ਸੀ ਕਹਿਣ ਲੱਗਾ ਹੋ ਸਕਦਾ ਸ਼ਾਇਦ ਉਹ ਮੈਂ ਹੀ ਹੋਵਾਂ ਕਿਉਂਕਿ ਜਵਾਨ ਲੇਟ ਆਈ 1800 2000 ਇਹ ਛੋਟੇ ਜਿਹੇ ਆਪਰੇਸ਼ਨ ਕੋਈ ਹੋਵੇਗਾ ਜ਼ਿਆਦਾ ਜਾਂ ਕੋਈ ਨਹੀਂ ਕੋਈ ਲੰਬੀ ਚੋੜੀ ਤਕਲੀਫ ਨਹੀਂ ਹੋਵੇ ਇੱਕ ਵਾਰ ਬੱਚੇ ਨੂੰ ਦਿਸਦਾ ਨਹੀਂ ਸੀ ਜ਼ਿਆਦਾ ਅੱਖਾਂ ਜਾ ਕੇ ਆ ਜਾਣ ਜਾਂ ਕਿਸੇ ਕਾਰਨ ਵੀ ਹੋਵੇ ਸੰਗਤ ਜੀ ਉਸ ਕਹਿਣ ਲੱਗਾ ਖਲ ਲੈ ਕੇ ਆ ਜਾਈਏ ਤੇ ਗੁਰੂ ਕਿਰਪਾ ਕਰੇਗਾ ਹੋ ਜਾਏਗਾ ਹੋ ਗਿਆ ਆਪਰੇਸ਼ਨ ਜਦੋਂ ਡਾਕਟਰ ਪੈਸੇ ਦੇਣ ਲੱਗਾ ਉਹ ਆ ਕੇ ਸਜਣਾ ਜੇ ਤੂੰ ਨਹੀਂ ਕੁਰਬਾਨੀ ਕਰ ਸਕਦਾ ਤਾਂ ਮੈਂ ਕਿਉਂ ਨਹੀਂ ਕਰ ਸਕਦਾ ਹਾਂ ਇਹ ਤਾਂ ਸੱਚ ਹੈ ਕਿ ਇਹ ਮਾਈ ਲੋੜਵੰਦ ਹੈ ਕਈ ਵਾਰ ਸਾਡੇ ਕੋਲ ਚੰਗੇ ਚੰਗੇ ਆ ਜਾਂਦੇ ਜੀ ਮੇਰੀ ਇਨਕਮ ਨਹੀਂ ਉਹ ਕੰਮ ਕਰ ਰਹੇ ਹੁੰਦੇ ਨੇ ਝੂਠ ਬੋਲ ਜਾਂਦੇ ਨੇ ਸਾਡਾ ਇਤਬਾਰ ਨਹੀਂ ਰਿਹਾ ਜੇ ਤੂੰ ਸਾਰੀ ਗੱਲ ਦਰਿਆਫਤ ਕਰ ਰਹੀ ਹੈ ਸੱਚ ਹੋਵੇਗਾ ਤੇ ਮੈਂ ਵੀ ਪੈਸਾ ਨਹੀਂ ਲੈਂਦਾ ਤੇ ਡਾਕਟਰ ਨੂੰ ਦੁਕਾਨਦਾਰ ਵੀਰ ਕਹਿਣ ਲੱਗਾ ਕਹਿੰਦਾ ਮੈਂ ਇਸ ਨਿਮਿਤ ਕੱਢ ਚੁੱਕਾ ਹਾਂ ਹੁਣ ਮੈਂ ਨਹੀਂ ਰੱਖਣੇ ਉਹ ਪੈਸੇ ਮਾਈ ਨੂੰ ਦਿੱਤੇ ਗਏ ਜਿੰਨੀਆਂ ਸਭ ਤੋਂ ਅਸੀਸ ਮਾਈ ਨੇ ਕੀਮਤੀ ਦਿੱਤੀ ਬੱਚਾ ਤੇਰੀ ਗੁਰੂ ਨਾਲ ਬਣਿਆ ਹੋਵੇ ਬੱਚਾ ਤੇਰੀ ਬਾਣੀ ਨਾਲ ਬਣਿਆ ਹੋਵੇ ਉਹ ਮਾਤਾ ਜੀ
ਘਰ ਦੀ ਪ੍ਰੇਮਾ ਹੋਵੇਗੀ ਜਿਹੜੀਆਂ ਇਹੋ ਜਿਹੀਆਂ ਅਸੀਸਾਂ ਦੇ ਰਹੀ ਸੀ। ਪ੍ਰਾਣੀ ਇੱਕੋ ਨਾਮ ਤੇ ਆਵੋ, ਇਧਰ ਐਸੇ ਐਸੇ ਸ਼ਬਦ ਗੁਰਬਾਣੀ ਵਿੱਚ ਆ ਜਾਂਦੇ ਨੇ ਵੈਰਾਗਮੀ ਸ਼ਬਦ, ਸ਼ਾਇਦ ਆਪ ਜੀ ਨੇ ਸੁਣਿਆ ਹੋਵੇਗਾ ਨਾਮ ਸੰਗਤ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ, ਉਹਨਾਂ ਦੇ ਹੁਣ ਸਾਹਿਬਜ਼ਾਦੇ ਨੇ ਪਟਿਆਲੇ ਵਿੱਚ, ਇਹ ਪਹਿਲੇ ਸੰਗਤ ਦਾਸ ਸਨ, ਸੰਤ ਫਤਿਹ ਸ਼ਾਹ ਤੋਂ ਉਹਨਾਂ ਨੂੰ ਲਾਗ ਲੱਗੀ, ਕਹਿਣ ਲੱਗੇ ਬਾਣੀ ਪੜ੍ਹਦੇ ਹਾਂ, ਹਿੰਦੂ ਸਨ ਕੇਸ ਨਹੀਂ ਚਿਕਟਾਏ, ਹਿੰਦੂ ਸਨ, ਕਹਿਣ ਲੱਗੇ ਬਾਣੀ ਪੜ੍ਹਦੇ ਹਾਂ ਪਰ ਮਨ ਨਹੀਂ ਟਿਕਦਾ, ਅੰਦਰ ਇੱਕ ਪਿਆਰ ਜਿਹਾ ਨਹੀਂ ਉਮੜਦਾ, ਮਨ ਟਿਕ ਜਾਏ ਕਈ ਵਾਰ ਬੰਦਾ ਬੜਾ ਫੁਲਕ ਜਿਹਾ ਹੁੰਦਾ, ਤੁਸੀਂ ਕਈ ਵਾਰ ਵੇਖਿਆ ਹੋਵੇਗਾ ਅਸੀਂ ਕਦੇ ਕਦੇ ਨਾ ਉਦਾਸ ਹੋ ਜਾਂਦੇ ਹਾਂ, ਕੋਈ ਕਾਰਨ ਨਹੀਂ ਹੁੰਦਾ, ਤੇ ਘਰ ਦੀ ਖੁਸ਼ੀ ਦੇ ਕਾਰਨ ਕਿ ਤੁਹਾਡਾ ਚਿਹਰਾ ਉਤਰੇਗਾ, ਪਤਾ ਨਹੀਂ ਕੀ ਗੱਲ, ਮਨ ਉਦਾਸ ਹੈ ਤੇ ਕਈ ਵਾਰ ਬੰਦਾ ਖਾਮ ਖਾ ਖੁਸ਼ ਹੁੰਦਾ, ਕੋਈ ਗੱਲ ਨਹੀਂ ਹੁੰਦੀ, ਅੰਦਰ ਸਾਡੇ ਕੋਈ ਹੈ, ਅਸੀਂ ਕੋਈ ਚੰਗਾ ਕੀਤਾ ਹੋਵੇਗਾ ਅੰਦਰਲੇ ਅੰਦਰ ਪੁਲਕਾਰ ਨਹੀਂ ਗਾ ਕੇ, ਫਤਿਹ ਸ਼ਾਹ ਨੇ ਕਿਹਾ ਵੀ ਤੈਨੂੰ ਕੋਈ ਗੁਰਮੁਖ ਪਿਆਰੇ ਮਿਲਣਗੇ, ਇਹ ਗਾੜੀ ਰਾਹ ਤੈਨੂੰ ਉਹ ਦੱਸਣਗੇ, ਬਾਕੀ ਤੂੰ ਬਾਣੀ ਨਾਲ ਜੁੜਿਆ ਰਹਿ। ਇਸੇ ਕਾਰਨ ਸੰਗਤ ਜਾ ਸੰਗਤ ਦਾਸ ਜੀ ਅੰਮ੍ਰਿਤਸਰ ਆਏ, ਉਹਨਾਂ ਦਾ ਮੇਲ ਹੋ ਗਿਆ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨਾਲ। ਸੰਗਤ ਜੀ ਮੈਂ ਅਲੱਗ ਅਲੱਗ ਟੁੱਟ ਕੇ ਕਿਉਂ ਦੱਸ ਰਿਹਾ, ਕਿਉਂ ਸੁਣਾ ਰਿਹਾ, ਕਿਤੇ ਸਾਡਾ ਮਨ ਟਿਕ ਜਾਏ, ਕਿਤੇ ਸਾਡਾ ਮਨ ਬਾਣੀ ਪੜ੍ਹਨ ਨੂੰ ਕਰੇ, ਕਿਤੇ ਅਸੀਂ ਵਾਹਿਗੁਰੂ ਵਾਹਿਗੁਰੂ ਜਪਣ ਨੂੰ ਕਰੀਏ, ਕਿਤੇ ਸਾਡੇ ਮਨ ਚੋਂ ਵਿਕਾਰ ਦੂਰ ਹੋ ਜਾਣ, ਸਾਡੀ ਸੋਚਣੀ ਚੰਗੀ ਹੋ ਜਾਏ, ਸਾਡੇ ਵਿਚਾਰ ਆਚਾਰ ਚੰਗੇ ਹੋ ਜਾਣ, ਤੇ ਫਿਰ ਆਇਆ ਸਫਲ ਤਾਹੂ ਕੋ ਗਣੀਏ ਇਸ ਸੰਸਾਰ ਤੇ। ਭਾਈ ਸਾਹਿਬ ਨਾਲ ਮਿਲੇ ਬੜੀਆਂ ਗੱਲਾਂ ਬਾਤਾਂ ਹੋਈਆਂ, ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਸਨ, ਉਹਨਾਂ ਦੀ ਇੱਕ ਨਜ਼ਮ ਕਿੰਨੀ ਪਿਆਰੀ ਹੈ, ਭਾਈ ਸਾਹਿਬ ਵੀਰ ਸਿੰਘ ਜੀ ਦੀ ਕੇਸੂ ਦੇ ਫੁੱਲ, ਮੇਰੀ ਛਿੱਪੀ ਰਹੇ ਗੁਲਜ਼ਾਰ ਮੈਂ ਨੀਵਾਂ ਉੱਗਿਆ, ਸ਼ਾਇਦ ਤੁਹਾਡੇ ਚੋਂ ਕਿਸੇ ਨੇ ਲਾਰਸ ਰੋਡ ਤੇ ਉਹਨਾਂ ਦਾ ਜੋ ਜਿੱਥੇ ਉਹ ਸਾਰੀ ਜ਼ਿੰਦਗੀ ਰਹੇ ਕਿਸੇ ਨੇ ਵੇਖਿਆ ਹੋਵੇ, ਦਾਸ ਜਦੋਂ ਹਰਿਮੰਦਰ ਸਾਹਿਬ ਗਿਆ ਤਾਂ ਇੱਕ ਵਾਰ ਪ੍ਰਸ਼ਨ ਕਰਕੇ ਆਇਆ ਸੀ ਉਸ ਸਥਾਨ ਦੇ, ਉਹ 12 ਦੇਰੀ ਜਿਹੜੀ ਉਹਨਾਂ ਨੇ ਆਪਣੇ ਨਿੱਜੀ ਬਾਗ ਵਿੱਚ ਲਾਈ ਹੋਈ ਹੈ, ਬਣਾਈ ਹੋਈ ਹੈ, ਦੁਨੀਆਂ ਭਰ ਦੇ ਫੁੱਲ ਦੁਨੀਆਂ ਭਰ ਦੇ ਫਲ ਉੱਥੇ ਦੇਖੇ ਨੇ, ਤੁਸੀਂ ਹਰਿਮੰਦਰ ਸਾਹਿਬ ਦੇਖਿਆ ਹੋਵੇ ਕਿ ਜੋ ਬੜੇ ਵੱਡੇ ਸੁੰਦਰ ਸੋਨੇ ਦੇ ਜਿਹੜੇ ਗੁਲਦਸਤੇ ਨੇ ਉਹਨਾਂ ਵਿੱਚ ਜਿਹੜੇ ਫੁੱਲ ਲੱਗੇ ਹੁੰਦੇ ਨੇ ਉਹ ਹੁਣ ਤੱਕ ਉਹਨਾਂ ਦੇ ਬਾਗ ਚੋਂ ਆਉਂਦੇ, ਕਿਤਨੀ ਗੁਰੂ ਨਾਲ ਬਣ ਆਈ ਹੈ ਸਰੀਰ ਹਯਾਤੀ ਵਿੱਚ ਵੀ ਤੇ ਸਰੀਰ ਤੋਂ ਬਾਅਦ ਵੀ, ਕਹਿਣਗੇ ਗੁਰਮੁਖਾ ਜੇ ਜੁੜਨਾ ਤਾਂ ਇਹ ਬਹੁਤੀ ਕੋਈ ਐਸੀ ਗੱਲ ਤਾਂ ਨਹੀਂ, ਗੁਰੂ ਵਾਲਾ ਹੋ ਜਾ, ਬਾਣੀ ਤਾਂ ਤੂੰ ਪੜ੍ਹਦਾ ਹੈ, ਤੀਵਾ ਜਗ ਪਏਗਾ ਅੰਦਰ, ਰੋਜ਼ ਵਿਚਾਰਾਂ ਹੁੰਦੀਆਂ, ਜਿੱਥੇ ਹੁਣ ਪੰਜਾਬ ਐਂਡ ਸਿੰਧ ਬੈਂਕ ਹੈ ਤੇ ਕਦੇ ਵਜ਼ੀਰਿੰਦ ਪ੍ਰੈਸ ਹੋਇਆ ਕਰਦੀ ਸੀ, ਸ਼ਾਇਦ ਤੁਹਾਡੇ ਚੋਂ ਕਿਸੇ ਨੇ ਵੇਖਿਆ ਹੋਵੇ ਅੰਮ੍ਰਿਤਸਰ, ਉੱਪਰ ਹੀ ਆਏ ਸੀ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਉੱਪਰ ਬੈਠਿਆ ਕਰਦੇ ਸਨ, ਇੱਕ ਦਿਨ ਭਾਈ ਸਾਹਿਬ ਰੋਣ ਪਏ, ਸੰਗਤ ਦਾਸ ਜੀ ਰੋਣ ਪਏ, ਕੋਈ ਪੁਸਤਕ ਪੜ੍ਹਦੇ ਰੋ ਰਹੇ ਸਨ, ਤੇ ਲਾਲਾ ਧਨੀ ਰਾਮ ਚਾਤਰਿਕ ਤੇ ਮੁਨਸ਼ੀ ਸਨ, ਉਹਨਾਂ ਦੇ ਬੜੇ ਚੰਗੇ ਕਵੀ ਹੋਏ ਨੇ, ਇਹ ਵੀ ਭਰੋਸਾ ਆ ਗਿਆ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਤੋਂ, ਹਿੰਦੀ ਕਵਿਤਾ ਵੀ ਬੜੀ ਪਿਆਰੀ ਹੈ, ਰੱਬ ਇੱਕ ਗੁੰਜਲਦਾਰ ਬੁਝਾਰਤ ਰੱਬ ਇੱਕ ਗੋਰ ਇੱਕ ਤੰਦਾ, ਖੋਲਣ ਲੱਗਿਆ ਪੇਜ ਤੇ ਕਾਫਰ ਹੋ ਜਾਏ ਬੰਦਾ, ਬੜਾ ਵਧੀਆ ਕਵੀ ਸੀ, ਪਰ ਇਹਨਾਂ ਇੰਨਾ ਮਨ ਸਾਫ ਕੀਤਾ ਕਿ ਆਖਿਰ ਸਮੇਂ ਚ ਵੀ ਬਾਣੀ ਨਾਲ ਜੁੜ ਗਏ, ਲਾਲਾ ਧਨੀ ਰਾਮ ਚਾਤਰਿਕ ਸਿਮਰਨ ਕਰਨ ਲੱਗ ਪਏ, ਇੱਕ ਦਿਨ ਰੋਣ ਪਏ, ਬੜੀ ਦੇਰ ਖੜਾ ਰਿਹਾ ਧਨੀ ਰਾਮ ਚਾਤਰਿਕ ਪਿੱਛੇ ਵੇਖਿਆ ਵੀ ਹਟਕੋਰੇ ਪਾ ਰਹੇ ਨੇ, ਹਟਕੋਰੇ ਹੁੰਦੇ ਨੇ ਇੰਜ ਕਰਕੇ ਰੋਣਾ, ਬੱਚੇ ਇੰਜ ਕਰਕੇ ਰੋਂਦੇ ਨੇ, ਹਟਕੋਰਾ ਵੀ ਉੱਚਾ ਨਾ ਰੋਣਾ ਕਿਤੇ ਮਾਂ ਹੋਰ ਨਾ ਮਾਰੇ, ਇਹਨੂੰ ਕਹਿੰਦੇ ਨੇ ਹਟਕੋਰੇ ਪਾ ਕੇ ਰੋਣਾ, ਆਣ ਕੇ ਮੋੜੇ ਤੇ ਆਖਿਆ ਲਾਲਾ ਧਨੀ ਰਾਮ ਚਾਤਰਿਕ ਨੇ, ਸੱਜਣ ਜੀ ਤੁਸੀਂ ਰੋ ਰਹੇ ਹੋ ਕੀ ਗੱਲ ਹੈ, ਤੇ ਸੁੰਦਰੀ ਪੜ੍ਹ ਰਸਮ ਪੁੱਤਰ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਦੀ ਰੋਈ ਜਾਣ, ਕਹਿੰਦੇ ਰੋਣ ਦਾ ਕਾਰਨ, ਤੇ ਸੰਗਤ ਦਾਸ ਜੀ ਕਹਿੰਦੇ ਮੈਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ, ਹੀਰ ਪਈ ਉਡੀਕ ਕਰਦੀ ਸੀ ਰਾਂਝੇ ਦੀ, ਰਾਂਝਾ ਆਇਆ ਲੇਟ, ਹੀਰ ਜਾਣਦਾ ਰੋ ਰਹੀ ਹੈ,
ਰਾਂਝੇ ਪੁੱਛਿਆ, ਹੀਰੇ ਤੂੰ ਰੋਈ ਕਿਉਂ ਹੈ? ਇਹ ਸੰਗਤ ਦਾਸ ਜੀ ਧਨੇ ਰਾਮ ਚਾਤਰਿਕ ਨੂੰ ਕਹਿ ਰਹੇ ਹਨ, ਅਮਰ ਜੀਵਨ ਹੈ ਭਾਈ ਸਾਹਿਬ ਵੀਰ ਸਿੰਘ ਜੀ ਦੀ ਜੀਵਨ ਤੇ ਕੁਰਤ ਵਿੱਚ ਸਾਖੀ ਕਹਾਣੀ ਲਿਖੀ ਹੋਈ ਹੈ। ਤੂੰ ਰੋਈ ਕਿਉਂ ਹੈ? ਤੈਨੂੰ ਕਿਸੇ ਕੁਛ ਕਿਹਾ? ਸਾਡੇ ਰੁੱਖਾ ਦੇ ਨੇ ਮੁਜ਼ਾਹਰੇ ਨੇ, ਤੇਰੇ ਚਾਚੇ ਕਹਿੰਦੇ ਨੇ ਕੁਛ ਕਿਹਾ? ਕੋਈ ਘਟਨਾ ਤਾਂ ਨਹੀਂ ਘਟੀ? ਕਹਿੰਦੇ ਕਿ ਨਹੀਂ ਰਾਜ, ਘਟਨਾ ਕੋਈ ਨਹੀਂ ਘਟੀ ਸੱਜਣਾ, ਮੈਂ ਰੋਂਦੀ ਹਾਂ ਉਸ ਸਮੇਂ ਨੂੰ ਜਿਹੜਾ ਤੇਰੇ ਬਿਨਾਂ ਬੀਤ ਗਿਆ। ਕਹਿੰਦਾ ਇਹ ਜੋ ਹੀ ਮੈਂ ਸਤਰਾਂ ਪੜ੍ਹੀਆਂ ਮੇਰਾ ਅੰਦਰਲਾ ਠਿਲ ਪਿਆ, ਖੁੱਲ ਗਿਆ, ਅਥਰੂ ਨਹੀਂ ਥੰਮੇ ਜਾਂਦੇ। ਮੈਂ ਸੋਚਦਾ ਹਾਂ ਕਿ ਜਿਹੜਾ ਇੰਨਾ ਸਮਾਂ ਮੈਂ ਬਿਤਾਇਆ ਭਾਈ ਸਾਹਿਬ ਵੀਰ ਸਿੰਘ ਵਰਗੇ ਤੋਂ ਬਿਨਾਂ, ਉਹ ਜੀਵਨ ਜ਼ਾਇਆ ਚਲਾ ਗਿਆ। ਇਤਨੀ ਮੈਨੂੰ ਨਾਮ ਦੀ ਇੱਛਾ ਬਲਤੇ ਡੂੰਘੀਆਂ ਛਾਵਾਂ ਛਾ, ਤੁਸੀਂ ਉਹਨਾਂ ਦੀਆਂ ਪੁਸਤਕਾਂ ਪੜ੍ਹੀਆਂ ਹੋਣ। ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਟੀਕਾ ਪੂਰਾ ਨਹੀਂ ਲਿਖ ਸਕੇ, ਇਤਨੇ ਵੈਰਾਗਮਈ ਸਿੰਘ ਸਨ। ਨਾਮ ਬਾਣੀਆਂ ਨੂੰ ਰੋਧ ਕਰੋ, ਤੁਸੀਂ ਉਹਨਾਂ ਦੀਆਂ ਸਾਖੀਆਂ ਪੜ੍ਹ ਕੇ ਵੇਖੋ, ਇੰਝ ਲੱਗਦਾ ਜਿਵੇਂ ਅੱਖੀ ਵੇਖ ਕੇ ਲਿਖ ਰਹੇ ਹਾਂ। ਚਸ਼ਮਦੀਦ ਗਵਾਹ ਐਸੀਆਂ ਐਸੀਆਂ ਸਾਖੀਆਂ, ਐਸੇ ਐਸੇ ਵਾਰਤਾਲਾਪ ਨਾਲ ਲਿਖੇ ਨੇ। ਸਮਾਂ ਹੋਣ ਵਾਲਾ ਸੰਗਤ ਜੀ ਜਦੋਂ ਪਾਸ਼ਾ ਸੈਨ ਸਿੰਘ ਜੀ ਚੱਲਣਾ ਸ਼ੁਰੂ ਕਰਨ ਵਾਜੇ ਵੱਲ, ਤੇ ਮੈਨੂੰ ਇਸ਼ਾਰਾ ਹੋ ਜਾਂਦਾ। ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਅਗਰ ਤਾਂ ਕੋਸ਼ਿਸ਼ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਨ ਚੋਂ ਇੱਕ ਵਾਰ ਜ਼ਰੂਰ ਕਰੀਏ। ਇਹ ਸ਼ਬਦ ਗੁਰੂ ਹੈ, ਕਿਸੇ ਸੰਤ ਪਾਸ ਕਿਸੇ ਵੀ ਡੇਰੇ ਤੇ ਕਿਤੇ ਕੁਛ ਕਰਨ ਦੀ ਲੋੜ ਨਹੀਂ। ਕਈ ਵਾਰ ਬੱਚੀਆਂ ਫੋਨ ਕਰਦੀਆਂ, ਫੋਨ ਕਿਹਨੂੰ ਕਰਦੀਆਂ? ਟੀਵੀ ਤੇ ਜਿਹੜੇ ਬੈਠੇ ਹੁੰਦੇ ਨੇ, ਹਮ ਆਪਕਾ ਭਵਿਸ਼ਯ ਬਤਾਏਂਗੇ, ਤੇ ਊਟ ਪਟਾਂਗ, ਕਿਉਂਕਿ ਸਿੱਖ ਬੱਚੀਆਂ ਦਿਸ ਪੈਂਦੀਆਂ। ਇਹ ਸਿੱਖ ਬੱਚੇ ਭਾਵੇਂ ਹੋਰ ਨਾ ਆ ਕੇ, ਕਿਉਂਕਿ ਹਿੰਦੂ ਬੱਚੀਆਂ ਦੇ ਅਲੱਗ ਨਾਮ ਨੇ, ਅਸੀਂ ਉਹਨਾਂ ਬਾਰੇ ਜਾਣਦੇ ਹਾਂ। ਸਿੱਖ ਬੱਚੀਆਂ ਦੇ ਅਲੱਗ ਨਾਮ ਨੇ, ਤੇ ਮੁਸਲਿਮ ਬੱਚਿਆਂ ਦੀ ਤਾਂ ਗੱਲ ਹੀ ਵੱਖਰੀ ਹੈ। ਕਦੇ ਟੱਪਰਾ ਨਾ ਖਾਇਓ, ਕਦੇ ਵੀ ਇਹ ਗਲਤੀ ਨਾ ਕਰਿਓ ਸੰਗਤ ਜੀ। ਇੱਕ ਵਾਰ ਦਾ ਜ਼ਿੰਦਗੀ ਪੁੱਛਿਆ ਬੋਲਾ ਕਿੱਥੇ ਜਾ ਪਾਉਂਦਾ ਹੈ, ਕਿ ਤੁਹਾਨੂੰ ਇੱਕ ਵਾਰ ਰਸਤਾ ਗਲਤ ਦੱਸ ਦਿਓ ਨਾ। ਉਹ ਬੰਦਾ ਜੰਗਲ ਵਿੱਚ ਕਿੰਨਾ ਪਰੇਸ਼ਾਨ ਹੁੰਦਾ, ਜੇ ਨਹੀਂ ਪਤਾ ਕਹਿ ਦਿਓ ਹੱਥ ਜੋੜ ਕੇ, ਮੈਨੂੰ ਨਹੀਂ ਪਤਾ, ਕਿਸੇ ਹੋਰ ਕੋਲੋਂ ਪੁੱਛ ਲੈ, ਪਰ ਕਦੇ ਵੀ ਅਟਕਲ ਪੁੱਛੋ ਰਸਤਾ ਕਿਸੇ ਨੂੰ ਨਾ ਦੱਸੀ। ਇਹ ਤਾਂ ਗੁਰੂ ਨਾਨਕ ਕਿਰਪਾ ਕਰੇ, ਗੁਰੂ ਗ੍ਰੰਥ ਸਾਹਿਬ ਦਾ ਸ਼ਬਦ, ਹੁਣ ਤਾਂ ਇੱਥੋਂ ਦਾ ਮੀਡੀਆ ਹੈ, ਹੁਣ ਤਾਂ ਫੋਨ ਵਿੱਚ ਹੀ ਤੁਸੀਂ ਰੋਜ਼ ਟੋਨਾ ਮਾਰ ਹਰਿਮੰਦਰ ਸਾਹਿਬ ਦਾ ਅਰਥਾਂ ਸਮੇਤ ਪੜ੍ਹ ਸਕਦੇ ਹੋ, ਕੀਰਤਨ ਸੁਣ ਸਕਦੇ ਹੋ ਲਾਈਵ। ਕੋਸ਼ਿਸ਼ ਕਰੀਏ ਕੀਰਤਨ ਸੁਣਨ ਦੀ, ਕੋਸ਼ਿਸ਼ ਕਰੀਏ ਬਾਣੀ ਸੁਣਨ ਦੀ। ਪਰ ਇੱਕ ਗੱਲ ਯਾਦ ਰੱਖਣਾ ਬਹੁਤੇ ਟੀਕੇ ਅਸੀਂ ਤੇਰਿਆਂ ਪੜ੍ਹਨ ਵਾਲੇ, ਪੜ੍ਹ ਕੇ ਸੁਣਾਉਣ ਵਾਲੇ। ਬਾਣੀ ਦਾ ਜਿੰਨਾ ਵੱਧ ਤੋਂ ਵੱਧ ਜਾਪ ਹੋ ਸਕੇ ਕਰੋ, ਸਿਮਰਨ ਵੱਧ ਤੋਂ ਵੱਧ ਕਰੋ। ਬਾਣੀ ਆਪਣਾ ਅਰਥ ਆਪ ਦੱਸੇਗੀ, ਬਾਣੀ ਆਪਣਾ ਰੂਪ ਆਪ ਦੱਸੇਗੀ, ਕਿਉਂਕਿ ਇਹ ਆਤਮਿਕ ਖੇਡ ਹੈ। ਅਸੀਂ ਕਿਸੇ ਨੂੰ ਪਿਆਰ ਕਰੀਏ ਤਾਂ ਖੋਪਰੀ ਨਾਲ ਨਹੀਂ ਕਰਦੇ, ਦਿਲੋਂ ਕਰਦੇ ਹਾਂ। ਅਸੀਂ ਕਹਿੰਦੇ ਹਾਂ ਨਾ ਬੱਚੇ ਨੂੰ, ਦਿਲ ਚੋਂ ਤੈਨੂੰ ਬੜਾ ਪਿਆਰ ਆਉਂਦਾ, ਮੈਂ ਬੜਾ ਤੈਨੂੰ ਦਿਲੋਂ ਪਿਆਰ ਕਰਦਾ, ਸੱਚੀ ਜਾਣੇ ਮੈਂ ਤੈਨੂੰ ਦਿਲੋਂ ਪਿਆਰ ਕਰਦਾ ਹਾਂ। ਤੇ ਆਤਮਾ ਦੀ ਖੇਡ ਰੱਬ ਨਾਲ ਹੈ, ਪਰਮਾਤਮਾ ਨਾਲ ਹੈ। ਸੋ ਪਿਆਰੀ ਸਾਹ ਸੰਗਤ ਜੀ, ਤੀਸਰਾ ਸ਼ਬਦ ਸੀ ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸੀ ਇਹ ਅਗਲੇ ਹਫ਼ਤੇ। ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਛੇ ਗੁਰੂਆਂ ਦੀ ਬਾਣੀ, 15 ਭਗਤਾਂ ਦੀ ਬਾਣੀ, 11 ਭੱਟਾਂ ਦੀ ਬਾਣੀ। ਕੱਲ੍ਹ ਗੁਰਮੁਖ ਪਿਆਰੇ ਨਾਲ ਗੱਲ ਹੋ ਰਹੀ ਸੀ, ਮੈਂ ਕਿਹਾ ਸੱਜਣਾ ਤੁਸੀਂ ਇਹ, ਮੈਂ ਕਿਸੇ ਨੂੰ ਕੁਛ ਲਗਾ ਕੇ ਗੱਲ ਨਹੀਂ ਕਿਸੇ ਬਾਰੇ ਕਹਿ ਰਿਹਾ, ਇੱਕ ਪਿਆਰ ਦੀ ਗੱਲ ਹੈ। ਇਹ ਕਿਉਂ ਭੈਵਾ ਕਰਦੇ ਹੋ, ਜਿੱਥੇ 6 ਗੁਰੂਆਂ ਨੂੰ ਮੱਥਾ ਟੇਕਦੇ ਹਾਂ, 11 ਭੱਟਾਂ ਨੂੰ ਨਤਮਸਤਕ ਹੁੰਦੇ ਹਾਂ, 3 ਸਿੱਖਾਂ ਨੂੰ ਨਤਮਸਤਕ ਹੁੰਦੇ ਹਾਂ, 15 ਭਗਤਾਂ ਨੂੰ ਹੁੰਦੇ ਹਾਂ, ਉੱਥੇ ਅਸੀਂ ਨਾਥ ਭਗਤ ਰਵਿਦਾਸ ਜੀ ਨੂੰ ਵੀ ਨਮਸਕਾਰ ਕਰਦੇ ਹਾਂ, ਮੱਥਾ ਰਗੜ ਕੇ ਕਰਦੇ ਹਾਂ। ਤੁਹਾਡੇ ਚਰਨਾਂ ਵਿੱਚ ਬੇਨਤੀ ਹੈ, ਇਹ ਨਹੀਂ ਮੈਂ ਕਹਿੰਦਾ ਕਿ ਤੁਸੀਂ ਸਵੇਰੇ ਅਮਰ ਵੇਲੇ ਉੱਠ ਕੇ ਕਰੋ, ਕਿਉਂਕਿ ਇੱਥੇ ਹਰ ਇੱਕ ਦਾ ਲਾਈਫ ਰੂਟੀਨ ਸੈੱਟ ਹੈ। ਘਰੋਂ ਕੰਮ ਤੇ ਜਾ ਰਹੇ ਹੋ, ਵਾਹਿਗੁਰੂ ਜਪ ਸਕਦੇ ਹੋ, ਕੋਸ਼ਿਸ਼ ਕਰੋ ਆਪਣੀ ਜ਼ੁਬਾਨ ਨਾਲ ਆਖਣ ਦਾ। ਅਸੀਂ ਟੇਪ ਤਾਂ ਲਾ ਦਿੰਦੇ ਹਾਂ, ਬੜਾ ਸੌਖਾ ਕੰਮ ਹੈ, ਚੁੱਕੀ ਸੀਡੀ ਵੀ ਚਲਾ ਤੀ, ਫਿਰ ਨਾਲ ਵਾਲਿਆਂ ਨਾਲ ਗੱਲਾਂ, ਮੋਬਾਈਲ ਆ ਗਿਆ ਉਸ ਨਾਲ ਗੱਲਾਂ, ਭਾਵੇਂ ਉਹ ਗੱਡੀ ਜਾ ਕਿਸੇ 'ਚ ਵੜੇ। ਕੋਸ਼ਿਸ਼ ਕਰੀਏ ਜੀਵਨ ਸੁਹਾਵਣਾ ਬਣਾਈਏ, ਪਿਆਰਾ ਬਣਾਈਏ, ਸਵਾਦੀ ਜੀਵਨ ਜੀਵੀਏ। ਇਹ ਸਵਾਦੀ ਬਿਨਾਂ ਸਿਮਰਨ ਨਾ ਮਾਇਆ ਨਾਲ ਹੋਵੇਗਾ, ਨਿੱਜੀ ਅਨੁਭਵ ਹੈ, ਨਾ ਲੰਬੇ ਚੋੜੇ ਪਰਿਵਾਰਾਂ ਨਾਲ ਹੋਵੇਗਾ। ਬਾਣੀ ਸਾਫ਼ ਕਹਿੰਦੀ ਹੈ, ਸੁੱਖ ਨਾ ਹੀ ਬਹੁਤੇ ਤਨ ਖਾਟੇ, ਸੁੱਖ ਨਾ ਹੀ ਪੇਕੇ ਨ੍ਰਿਤ ਨਾਟੇ, ਸੁੱਖ ਨਾ ਹੀ ਬਹੁਤ ਇਸ ਕਮਾਏ, ਸਰਬ ਸੁੱਖਾਂ ਹਰ ਹਰ। ਇਹ ਬੇਨਤੀ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਖਿਮਾ, ਆਓ ਭੱਲੇ ਬਾਬਾ ਗੁਰੂ ਅਮਰਦਾਸ ਜੀ ਦੀ ਬਾਣੀ, ਆਨੰਦ ਭਰਿਆ ਮੇਰੀ ਮਾਏ ਸਤਿਗੁਰੂ ਮੈਂ ਪਾਏ।